ਸਾਸਤਰੀ ਗਾਲ ਵੀਰ ਜੀ ਮੈਂ ਥਾਰਾ ਗੱਲਾਂ ਗਲਾਕੜ 파ਰਮਜੀਤ ਲਾਡਾ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਆ ਨਿਗਾ ਸਵਾਗਤ ਔਰ ਅੱਜ ਦੀਆਂ ਬੜੀਆਂ ਖਬਰਾਂ ਥਾਰੇ ਬਾ ਕੱਢ ਕੇ ਲੈ ਕੇ ਆਇਆ ਜਿੱਥਾ ਰਾਜੇ ਨੇ ਕੱਲ ਬਜਟ ਕੇ ਵਿੱਚ ਮਾਂ ਬਹੁਤ ਕੁਝ ਪੰਜਾਬ ਕੇ ਲੋਕਾਂ ਨੂੰ ਦੇਣ ਕੀ ਕੋਸ਼ਿਸ਼ ਕਰਿਆ ਔਰ ਉਸੇ ਕੇ ਉਲਟ ਯੋ ਕਾਲੀ ਦਲ ਆਰਾਮ ਆਦਮੀ ਪਾਰਟੀ ਝਾੜੂ ਪਾਰਟੀ ਇਹਨਾਂ ਨੇ ਦੱਬ ਕੇ ਉਸ ਮਜ਼ਾਰੇ ਕਰੇ ਔਰ ਇਸ ਕੇ ਗੈਲ ਗੈਲ ਹੋਰ ਨਵੀਆਂ ਚੀਜ਼ਾਂ ਕਿਹੜੀਆਂ ਤੁਹਾਨੂੰ ਦਈਆਂ ਇਸ ਦੇ ਬਾਰੇ ਮੈਂ ਜਰੂਰ ਦੱਸਾਂਗਾ ਬਰੀਫ ਕੇ ਅੰਦਰ ਅਰ ਮੁਹਾਲੀ ਦੇ ਵਿੱਚ ਮ ਆਈਪੀਐਲ ਦਾ ਮੈਚ ਨਹੀਂ ਹੋਇਆ ਰਾਜੇ ਨੂੰ ਚੜ ਗਿਆ ਗੁੱਸਾ ਰਾਜਾ ਕਹਿ ਰਿਹਾ ਕਿਆ ਬਾਤ ਉਰਾਗਾ ਬੈਟਬੋਲ ਖੇਲੋ ਕਾ ਤੁਹਾਨੂੰ ਕੋਈ ਤੰਗ ਕਰੇ ਪ੍ਰੇਸ਼ਾਨ ਕਰੇ ਆਪਾਂ ਬੈਠੇ ਇਹੋ ਬਾਤ ਕਰੀ ਰਾਜੇ ਨੇ ਅਰ ਕਿਸਾਨਾਂ ਕਰਜੇ ਮਾਫੇ ਕਰਨਗੇ ਉਹ ਗਰਦਾਸ ਬਾਦਲ ਦਾ ਛੋਕਰਾ ਕ ਖੁਸਾਲ ਪੰਜਾਬ ਯੋਜਨਾ ਮਾਨਨਾ ਕਰਤੀ ਸ਼ੁਰੂ ਅਰ ਪੰਜਾਬ ਮਾ ਆਸ਼ੀਰਵਾਦ ਸਕੀਮ ਬਣਾ ਪਾ ਪੈਨਸ਼ਨ ਸਕੀਮ ਵਾਅਦਾ ਕਰਤਿਆ ਆਰ ਰਾਜੇ ਦੇ ਬਜਟ ਸਲਾਸ ਦੇ ਖਿਲਾਫ ਆਕਾਲੀ ਦਲ ਨੇ ਧਰਨੇ ਲਾਤੇ ਕਹਿ ਵੀ ਮੰਗਦਾ ਹੈ ਪੰਜਾਬ ਕੈਪਟਨ ਦੇ ਹਿਸਾਬ ਆਕਾਲੀ ਦਲ ਕੇ ਵਿੱਤ ਮੰਤਰੀ ਨੂੰ ਸਵਾਲ ਪਾ ਤਿਆ ਯੋ ਯੋ ਕਾਂਗਰਸ ਦਾ ਵਿੱਤ ਮੰਤਰੀ ਆਰ ਯੋ ਜਨਾਨੀਆਂ ਨੂੰ ਮੋਜਾ ਲਵਾਤੀਆਂ ਰਾਜੇ ਨੇ ਜਨਾਨੀਆਂ ਸਵੇਰੇ ਨਾ ਤੋ ਕਾ ਰੋਡ ਵੇਜ ਦੀ ਬਸ ਵਿੱਚ ਚੜਜੋ ਪੰਨ ਬਸ ਵਿੱਚ ਚੜਜੋ ਜੇ ਖਲਿੰਡਰ ਰੁਪਈਆ ਮੰਗ ਵੀ ਹੈਗਾ ਤੁਹਾਨੂੰ ਕਹਾ ਮੈਂ ਜ਼ਿੰਮੇਵਾਰ ਆਰ ਚੇਅਰਮੈਨ ਬਣਨ ਤੇ ਬਾਸਾ ਪਲਾ ਗਿਆ ਤਾਂ ਇਹ ਮੱਥਾ ਟੇਕਣ ਆ ਰੁਥਾਈਸਾ ਹੋ ਗਿਆ ਵਿਰੋਧ ਆ ਜਿੱਥਾ ਸਾਰਾ ਕੁਝ ਦਿਆ ਉਥਾ ਮਾਨਪਰੀ ਦੀ ਬਾਤ ਲਗਾਇਆ ਦੋ ਨਵੀਆਂ ਜ਼ਿਲ੍ਹੇ ਵੀ ਬਣਾਉਣੀਆਂ ਪਵेंगी ਕਿਉਂਕਿ ਨਾਸਿਕ ਤਸਕਰ ਫਾੜ ਵੀ ਬਹੁਤ ਲੈ ਵੀਰੇ ਜੀ ਜਗਾ ਹੈ ਨਹੀਂ ਕਾਜਕਰ ਕਾ ਬਣਾਉਣੀਆਂ ਪਵेंगी ਚਲੋ ਘਰ ਪਹਿਲੀ ਬੜੀ ਖਬਰ ਦੇ ਉੱਪਰ ਗੱਲ ਕਰਾਂ ਜਨਾਨੀਆਂ ਨੂੰ ਖੁਸ਼ ਕਰਤੇ ਆ ਵੀਰ ਜੋ ਮੰਨਣਾ ਪਵੇਗਾ ਇਹ ਉਹ ਤੋਂ ਜਨਾਨੀਆਂ ਪਹਿਲੇ ਦੇ ਘਰ ਟੇਕਾ ਰਾਜੀ ਕਈ ਜਿਹੜੀਆਂ ਫਿਰ ਜਹਾਂ ਸਾਰੀ ਦਿਹਾੜੀ ਦਾ ਸੌਰੇ ਤੇ ਪੇਕੇ ਪੇਕਿਆ ਤੇ ਸੌਰੇ ਯੋ ਕਹਿ ਲੋ ਵੀਰ ਇਹ ਤਾਂ ਕਿਰਾਇਆ ਮੰਗਣ ਦੀ ਵੀ ਲੋੜ ਹੈ ਨਹੀਂ ਯੋ ਕਰਤਿਆ ਕੰਮ ਕਲੀਅਰ ਇਹ ਰਾਜਾ ਕਹਿ ਰਾ ਕਹਾ ਵੀਰ ਕੋਈ ਚੱਕਰ ਨਹੀਂ ਕਹਾ ਪੰਨ ਬੱਸ ਆ ਰੋਡਵੇਜ਼ ਦੀ ਬੱਸ ਮੈਂ ਜਿਤਨਾ ਮਰਜੀ ਚੜੋ ਕਾ ਕੋਈ ਨਹੀਂ ਕਾ ਥਣ ਰੋਕ ਸਕਦਾ ਫ੍ਰੀ ਕਿਰਾਇਆ ਕੋਈ ਟਿਕਟ ਨਹੀਂ ਲੱਗੇਗੀ ਥਾਰੀ ਕੈਲੰਡਰ ਨੇ ਜੇ ਰੁਪਈਆ ਮੰਗ ਵੀ ਲਿਆ ਕਾ ਆਪਾਂ ਬੈਠੇ ਜੀ ਮੈਂਬਰ ਯੋ ਕਹਿ ਲੋ ਵੀਰ 2021 ਯਰ 22 ਦਾ ਬਜਟ ਪੇਸ਼ ਕਰਿਆ ਔਰ ਕੈਪਟਨ ਕਹਿ ਰਾ ਕਾ ਵੀਰ ਇਹ ਤਾਂ ਮਾਰਾ ਆਖਰੀ ਬਜਟ ਪਰ ਅਗਲੇ ਸਾਲ ਦਾ ਜਿਹੜਾ ਬਜਟ ਪੇਸ਼ ਕਰਨਾ ਵਾ ਨੇ ਬਹੁਤ ਅੱਗ ਬਜਟ ਕੱਢੇਗਾ ਦੇਖਦੇ ਰਹਿ ਜੰਗੇ ਥਾ ਨਾ ਬਾਕੀ ਵੀਰ ਇਹੋ ਬਾਤ ਮੰਨਣੀ ਪਵੇਗੀ ਉਹ ਕਹਿਣੀ ਗਾ ਬਾਤਾਂ ਚਲੋ ਖਰ ਮਜ਼ਾਕ ਨਾਲ ਮਜ਼ਾਕ ਹੋ ਜਾ ਪਰ ਕਹ ਲਓ ਵੀ ਗੱਲਾਂ ਕਈ ਵਾਰ ਬੜਾ ਨਿਕਲਦਾ ਮੂਰਾ ਆ ਜਾ ਈ ਵਾ ਬਾਪੂ ਗਰਦਾਸ ਬਾਦਲ ਕੇ ਛੋਕਰੀ ਬਾਤ ਕਰਾਂ ਬਹੁਤ ਕੁਝ ਬਿਆਨ ਕਰਿਆ ਅਰ ਬਜਟ ਪੇਸ਼ ਕਰਨ ਦੇ ਪਹਿਲਾਂ ਪੱਤਰਕਾਰ ਗਏ ਵਾਰ ਪੁੱਛਿਆ ਜਾਗਾ ਅਰ ਯੋ ਮਾਨਪ੍ਰੀਤ ਬਾਦਲ ਨੇ ਇਹ ਹਾਲਾਤਾਂ ਦੇ ਸਿਰਪੰਨੇ ਆ ਭਾਂਡਾ ਪਹਿਲੇ ਹੀ ਭੰਨ ਤਿਆ ਕਾ ਵੀਰ ਹਾਲਾਤ ਪੰਜਾਬ ਕੇ ਠੀਕ ਨਹੀਂ ਲਗਤਾਹੀਂ ਪਰ ਵੀਰ ਮਨ ਨੂੰ ਨਿਉ ਲੱਗ ਰਿਹਾ ਵੀ ਜਿੱਦਣ ਕਾ ਮਾਨ ਪਈ ਬਾਦ ਲਿਓ ਕੁਰਸੀ ਵਢਾਇਆ ਖਾਲੀ ਖਜ਼ਾਨੇ ਆਲੀ ਪਰ ਇਹ ਕਹਿ ਲਓ ਉਸ ਦਿਨ ਕਾ ਭਾਂਡੇ ਪੰਨ ਰਿਹਾ ਯੋ ਵੀਰ ਕਾਦੇ ਤੋਂ ਆਪਣੇ ਤਾਏ ਕੇ ਸਿਰਵਾ ਭਾਂਡਾ ਭੰਦਾ ਅਰ ਤੇ ਇਹੋ 4 ਸਾਲ ਮਦੋ ਯੋ ਤਾਏ ਕੇ ਸਿਰੇ ਭਾਂਡਾ ਪੰਨਿਆ 3 ਸਾਲ ਕਾ ਤਾਇਆ ਬਹੁ ਕਰਜ਼ਾ ਚੜਾ ਗਿਆ ਜੀ ਕਾ ਕਿਸ਼ਤਾਂ ਆਲੇ ਆ ਜਾਂ ਰੋਜ਼ ਕੋਈ ਨਾ ਕੋਈ ਕਲੇਸ਼ ਪਿਆ ਰਹਾ ਫੇਰੀ ਪਾਂਡਾ ਪੰਨ ਤੇ ਆ ਗਿਆ ਕਰੋਨਾ ਆ ਗਿਆ ਜੀ ਕਾ ਮੰਨ ਤੇ ਕਾ ਬਹੁਤ ਤਿਆਰੀ ਕਰ ਲਈ ਜੀ ਪੂਰੀ ਕਾ ਬਸ ਤੰਬੂ ਗਨਾਤ ਲਾਣੇ ਤੇ ਬਾਅਰਡਰੇ ਕਰਨੇ ਤੇ ਵੀ ਰਾਜਤ ਨੇ ਉਰਾ ਗਈ ਕਿਨੇ ਕਾ ਇਹ ਬੂਰਾ ਕਰੋਨਾ ਆ ਗਿਆ ਕਰੋਨੇ ਕਰ ਕਾ ਯੋ ਪਾਂਡਾ ਕਰੋਨੇ ਵੀ ਸਿਰ ਪਾ ਪੰਤਿਆ ਅਰ ਦੇਖ ਲਓ ਵੀਰ 4 ਸਾਲਾਂ માં ਇਹਨਾਂ ਨੇ ਖਜ਼ਾਨੇ માં 1 ਰੁਪਿਆ ਨਹੀਂ ਨਾ ਦੇ ਖਜ਼ਾਨਾ ਨਹੀਂ ਭਰ ਹੋਇਆ 4 ਸਾਲਾਂ માં ਪੰਜਾਬ ਦੇ ਵਿੱਚ માં ਯੋ ਕਹ ਲਓ ਰੇੜੀ ਰਿਕਸ਼ਾ ਸਕੂਟਰ ਕੋਈ ਬੰਦਾ ਨਹੀਂ ਛੱਡਿਆ ਜਿਸ ਕਾ ਇਹਨਾਂ ਨੇ ਚਲਾਨ ਨਹੀਂ ਕੱਟਿਆ ਆਉਣਾ ਪੁਲਿਸ ਵਾਲਿਆਂ ਨੇ ਇਤਨੇ ਪੈਸੇ ਇਕੱਠੇ ਕਰੇ ਵੀਰ ਛੱਡ ਦਿਓ ਬਾਤਾਂ ਖਜ਼ਾਨਾ ਫੇਰ ਨਹੀਂ ਭਰ ਹੋਇਆ ਅਰੇ ਤੋ ਯੋ ਕਹਿ ਸਕਾ ਵੀ ਖਜ਼ਾਨਾ ਮੰਤਰੀ ਬਣਾ ਯੋ ਜਿਹੜਾ ਬਣਾ ਕ ਤਨਖਾਹ ਦੇਣੇ ਕੇ ਤੇ ਵਧੀਆ ਯੋ ਬਾਤ ਯੋ ਸਲਾਹ ਬਈ ਇਹਨਾਂ ਨੂੰ ਤੋ ਕਿਤੇ ਨਾ ਸਿਵਦਾ ਸੈਂਟਰ ਮਾ ਲਾ ਦਿਓ ਵੀਰ ਸਿਵਦਾ ਸੈਂਟਰ ਮਾ ਯੋ ਯੋ ਆਧਾਰ ਕਾਰਡ ਬਣਾਵਾਂਗੇ ਖਜ਼ਾਨਾ ਨਹੀਂ ਪਾਰ ਹੋਏਗਾ ਘੱਟੋ ਘੱਟ ਯੋ ਕਹਿ ਲੋ ਵੀਰ ਬਈ ਆਧਾਰ ਕਾਰਡ ਬਣਾ ਕ ਵੋਟਾਂ ਤੋ ਪੱਕੀਆਂ ਕਰ ਲੰਗੇ ਨਾ ਯੋ ਹੋ ਸਕਾ ਆਰੇ ਇਸਕੇ ਗੈਲਗਲ ਵੀਰ ਮੈਂ ਤੁਹਾਨੂੰ ਦੱਸਾਂ ਵੀ ਇੱਕ ਹੋਰ ਬਹੁਤ ਕਮਾਲ ਦੀ ਖਬਰ ਹੈ ਕਈ ਵਾਰ ਖਵਾਰਾਂ માં ਦੇਖ ਲਓ ਇਸ ਤਰ੍ਹਾਂ ਇਸ ਤਰ੍ਹਾਂ ਦੀ ਖਬਰਾਂ ਆ ਜਾਂ ਬਜਟ ਨੂੰ ਲੈ ਕੇ ਪਹਿਲਾਂ ਆਪਾਂ ਗੱਲਬਾਤ ਕਰਨੀ ਆ ਪਰ ਇਸਕੇ ਉੱਪਰ ਵੀ ਬਾਤ ਕਰਾਂਗੇ ਇਹੋ ਕਹਰੇ ਵੀ ਪਾਕਿਸਤਾਨ ਕੀ ਸਿਰਦਰਦੀ ਬਣ ਗਿਆ ਇਹੋ ਚੀਨ ਕੇ ਵਿਚਵਾ ਇਸ ਕੀ ਮਦਦਗੈਲ ਬਣਾਇਆਤਾ ਜੇਫ ਲੜਾਕੂ ਜਹਾਜ਼ ਅਰੇ ਉਹ ਕਹਲੋ ਵੀ ਗੋਦੀ ਮੀਡੀਆ ਦਾ ਐਂਕਰ ਇਹ ਇਹੋ ਇਸ ਤਰ੍ਹਾਂ ਪੜ ਰਿਹਾ ਘਿਰ ਘਿਰ ਕਾ ਖਬਰਾਂ ਵੀਰ ਇਹ ਤਾਂ ਗੱਸੀ ਖਾਣੇ ਵਾਲਾ ਹੋ ਰਿਹਾ ਤਾਂ ਇਹੋ ਕਹਲੋ ਵੀ ਇਹਨਾਂ ਨੂੰ ਕੋਈ ਜਾ ਕੇ ਪੁੱਛੇ ਵੀ ਤੁਮ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਫੇਲ ਲੱਤਾ ਫਸਾਰੇ। ਕੀ ਆ ਫਾਇਦਾ ਇਸ ਚੀਜ਼ ਦਾ ਹੈ? ਆਹ ਪਾਕਿਸਤਾਨ ਦੀ ਸਿਰਦਰਦੀ ਇਹਨਾਂ ਨੂੰ ਬਾ ਜਹਾਜੇ ਵਾਲੀ ਸਿਰਦਰਦੀ ਤੋਂ ਦੇਗੀ। ਮੈਂ ਯੋ ਸਿਰਦਰਦੀ ਹੋਗੀ ਕਾ ਟੈਨਸ਼ਨ ਬਣ ਗਈ ਪਾਕਿਸਤਾਨ ਦੀ ਸਿਰਦਰਦੀ ਵੜ ਗਈ। ਯੋ ਮਾਰੇ ਦੇਸ ਦਾ ਬਾਬੰਦ ਨਹੀਂ ਦਿਖਦਾ ਜਿਸੇ ਇਕੱਲੇ ਬੰਦੇ ਨੇ ਸਾਰੇ ਮੁਲਕ ਨੂੰ ਯੋ ਸਿਰਦਰਦੀ ਵਿੱਚ ਪਾਇਆ ਪਿਆ। ਹੈ? ਯੋ ਨਹੀਂ ਦਿਖਦਾ ਸਾਨੂੰ। ਪਾਕਿਸਤਾਨ ਵਾਲਿਆਂ ਤੋਂ ਫੇਰ ਵੀ ਕੁਝ ਬਣਾਇਆ। ਹਰਮਾਰੇ ਵਾਲਿਆਂ ਨੇ ਯੋ ਵੇਚਣ ਵਾਲਾ ਅੱਕ ਬੰਨਿਆ ਵਾ ਪਹਿਲਾ ਬਾਈ ਜਾਜ ਵੇਚ ਤੇ ਫਿਰ ਤੇ ਸਣ ਵੇਚ ਤੇ ਈਬਾ ਯੋ ਕਹ ਲੋ ਬਸਾਰੇ ਯੋ ਟੈਂਪੋ ਯੂਨੀਅਨ ਰਹਿ ਗਈ ਯੋ ਵੀ ਵੇਚੇਗੇ ਯੋ ਯੋ ਹੋ ਸਕਾ ਫਿਰ ਪਰ ਉੱਥਾਈ ਕਹ ਲੋ ਵੀਰਾ ਜਿੱਥਾ ਇੱਕ ਬੜੀ ਬਾਤ ਜਿਹੜੀ ਥਾਰੇ ਬਾਹ ਕਰਨੀ ਮੈਂ ਵਿਕਰਮ ਸਿੰਘ ਮਜੀਠੀਆ ਕਹਿਆ ਜੀ ਇਹਨਾਂ ਨੇ ਪੋ ਵੀ ਸਬਾਣੀ ਕਰਤੀ ਅਖਬਾਰਾਂ ਨੇ ਟਾਈਟਲ ਦੇ ਦੋ ਕਿਤਰਾ ਹੀ ਬਣਾਵਾ ਪੜਕਾ ਹਾਸੀ ਆ ਜਾ ਕਾ ਵੀ ਕੈਪਟਨ ਸਰਕਾਰ ਲਾ ਸਕਾ ਕਰਫਿਊ ਵਿਕਰਮ ਮਜੀਠੀ ਨੇ ਕਾ ਪੋ ਵੀ ਖਬਾਣੀ ਕਰਤੀ ਹੀ ਵੀ ਦੱਸ ਵੀ ਮਜੀਠੀਆ ਸਾਹਿਬ ਕਿਹੜਾ ਕਿਸ ਸਾਥ ਚੇਲੇ ਗੱਲ ਰਹੇ ਹੈ ਕਿਸ ਸਾਥ ਦੇ ਚੇਲੇ ਦੇ ਵੀ ਇਹਨਾਂ ਨੂੰ ਪਹਿਲੇ ਹੀ ਪਤਾ ਲੱਗਿਆ ਪੋਖ ਖਬਾਣੀ ਕਰਤੀ ਹੈ ਇਹ ਤਾਂ ਇੱਕ ਦੂਸਰੇ ਕੀ ਰਾਮ ਜੀ ਬਹੁਤ ਚੰਗੀ ਤਰ੍ਹਾਂ ਜਾਣਾਂ ਸਮਝਾਂ ਤਾਂ ਹੀ ਨੀ ਰਾਜਨੀਤੀ ਚਲਾ ਹੈ ਬਾਕੀ ਯੋ ਕਹ ਲੋ ਕਿਆ ਬਦਾ ਮਜੀਠੀਆ ਸਾਹਿਬ ਨੂੰ ਕੈਪਟਨ ਸਾਹਿਬ ਦੀ ਪੋਤੀ ਕੀ ਯੋ ਵਿਆਹ ਦਾ ਕਾਰਡ ਨਾ ਮਿਲਿਆ ਹੋਏ ਇਸ ਕਰਕੇ ਅਗਲੇ ਯੋ ਖਚਾਈ ਕਰ ਰਹੇ ਹਨ ਸਰਕਾਰ ਕੀ ਹੈ ਪੋਖ ਪੋਖ ਖਬਾਣੀਆਂ ਕਰ ਕਰ ਕੇ ਪਰ ਖਬਰਾਂ ਵਾਲੇ ਕੀ ਠਾਠਾ ਜੋ ਜੋ ਜੀ ਵਾਈ ਲਿਖਦਿਆ ਆਰਿਸੀਕਰ ਕਾਇਓ ਕਹ ਲੋ ਵੀਰ ਕਿਤੇ ਨਾ ਕਿਤੇ ਇਹ ਵਾ ਇਹ ਜਿਹੜੀ ਬਜਟ ਕੀ ਜਿੱਥਾ ਬਾਤ ਕੇ ਉੱਪਰ ਪਾ ਜੀ ਇਹ ਬਜਟ ਦੇ ਵਿੱਚ ਮਾ ਰਾਜ ਨੇ ਬੜਾ ਕੁਸ ਕਹਤੇ ਆ ਕਾ ਵੀਰ ਯੋ ਬੜਾ ਪਾ ਪੈਨਸ਼ਨ ਸਕੀਮ ਜਿਹੜੀ ਇਸਕੇ ਵਿੱਚ ਮਾ ਵੀ ਕਾ ਵੀ ਲੋਕਾਂ ਨੂੰ ਕਾ 750 ਰੁਪਿਆ ਦਾਇਆ ਕਰਤੇ ਕਾ ਵੀ ਇਹ 1500 ਦਵੰਗੇ ਦੇਣੇ ਕਿਤਨੇ ਯੋ ਉਸ ਨੂੰ ਸੁਣਿਆ ਦਾ ਮੈਂ ਯੋ ਆਮ ਆਦਮੀ ਪਾਰਟੀ ਵਾਲਾ ਚੀਮਾ ਚੀਮਾ ਕਹ ਰਿਹਾ 4 ਮਹੀਨੇ ਤੋਂ ਲਾਗੂ ਨਹੀਂ ਕਰਦੇ ਅਗਰ ਇਹ ਕਿਹੜਾ ਗਿਆ ਟਾਈਮ ਫਿਰ 4 ਮਹੀਨੇ ਲਾਗੂ ਨਹੀਂ ਕਰਦੇ ਆਰ ਪ੍ਰਸ਼ਾਂਤ ਕਸੂਰਨਲੇਗਾ ਬਾਬੂ ਰਹਾ ਮੈਂ ਕਾਜੀ ਇਹਨੂੰ ਲੱਖ ਰੁਪਏ ਤਨਖਾਹ ਬਲ ਆਇਆ ਇਹੋ ਕਾ ਚੰਗੀ ਸਲਾਹ ਦੇਵੇਗਾ ਇਹ ਵੀ ਚਲੋ 750 ਦੇ 1500 ਰੁਪਇਆ ਕਰ ਤੇ ਆ ਆਰ ਇਸਕੇ ਵਿੱਚ ਮੈਂ ਇਹੋ ਕਹ ਲਓ ਵੀ ਪੰਜਾਬ ਕੀ ਆਪਣੇ ਬਸੀਲਾਂ ਕੀ ਆਮਦਨ ਨਹੀਂ 40% 39% ਔਸਤਨ ਫੰਡ ਕੇਂਦਰ ਦੇ ਪ੍ਰਾਪਤ ਹੋਇਆ 80% ਦੀ ਕਾ ਪੱਕਿਆਂ ਵਿੱਚ ਚਲਾ ਗਿਆ ਖਰਚਾ ਇਹ ਸਾਰਾ ਇਹੋ ਕਹ ਲਓ ਵੀ ਪੈਸੇ ਪੂਸੇ ਤੋਂ ਵੀਰੇ ਹੈ ਨਹੀਂ ਇਹੋ ਤਾਂ ਗੱਲ ਬੰਨਣੀ ਪਵੇਗੀ सगन सकीम की बात करा राजे ने कहा था इक्की हज़ार के बता कवंजा कर देंगे पर कबंजा हजार लाने तो करते हैं जद मिलेगा जद कहेंगे भी बद गया बद गया और उधर कैप्टन कह रहा करजा माफ करेंगे कामयाब किसान खसाल पंजाब योजना शुरू करती राजे ने आर वीर मनप्रीत बादल इसका आखिरी बजट था इसने यो दस्या भी सरकार का जो आखिरी बजट ਚੌੜਾਂਗੇ ਵਿੱਚ ਮਾ ਗੇਮ ਸਿੱਟਣੇ ਵਾਲਾ ਪਾਸਾ ਘੇਰਿਆ ਕਿਉਂਕਿ ਆਖਰੀ ਬਜਟ ਨਾਲ ਲੋਕਾਂ ਨੂੰ ਖੁਸ਼ ਕਰਨੇ ਦੀ ਪੂਰੀ ਕੋਸ਼ਿਸ਼ ਕਰੀ। ਆਰ ਆਪਣੇ ਬਜਟ ਨਾਲ ਸੂਬਾ ਸਰਕਾਰ ਨੇ 1.13 ਲੱਖ ਮਤਲਬ 1 ਕਰੋੜ 13 ਲੱਖ ਕਿਸਾਨਾਂ ਦਾ 186 ਕਰੋੜ ਰੁਪਇਆ ਖਰਚਾ ਕਰਤੇ ਆ ਮਾਫ। ਆਰ ਇਸ ਦੇ ਵਿੱਚ ਮ ਬਿੱਤੀ ਸਾਲ 2021 আর 22 માં ਇਹੋ ਕਹਿ ਵੀ ਬੇਜ਼ਮੀਨੇ ਕਿਸਾਨਾਂ ਨੂੰ ਕਾ 526 ਕਰੋੜ ਦਾ ਕਰਜ਼ਾ ਮਾਫ। ਆਰ ਬਜਟ ਪੰਜਾਬ ਸਰਕਾਰ ਕਾ ਵੀ ਕਾਮਯਾਬ ਕਿਸਾਨ ਖੁਸ਼ਹਾਲ ਪੰਜਾਬ ਯੋਜਨਾ ਸ਼ੁਰੂਆਤ ਕਰ ਰਹੀ ਹੈ ਇਸ ਦੇ ਤਹਿਤ ਫਾਜ਼ਿਲਕਾ ਮੱਸਬਜ਼ੀਆਂ ਬਾਸਾ ਯੂ ਕੈਨ ਸੈਂਟਰ ਆਫ ਐਕਸੀਲੈਂਸ ਅਮਰਤਸਰ ਮਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆ ਭਗਵਾਨੀ ਹੋਰ بڑا ਖੁਸ਼ਹਾਲ ਤੇ ਖੋਲਤੇ ਉਹ ਕਹ ਲੋ ਵੀ ਪੰਡਾ ਦੀ ਪੰਡਾ ਖੋਲਤੀਆਂ ਪੈਸਿਆਂ ਗਿਆ ਐਲਾਨ ਕਰਤੇ ਦਮੇਗੇ ਕਾ ਤੇ ਹੋ ਨਹੀਂ ਦੱਸਿਆ ਵੀ ਖਬਰ ਵਾਲਿਆਂ ਨੇ ਕਿਸੇ ਨੇ ਵੀ ਆ ਉਧਰ ਇਹ ਕਹ ਲੋ ਵੀ 6 ਮਾ ਤਨਖਾਹ ਕਮਿਸ਼ਨ 1 ਜੁਲਾਈ ਤੇ ਲਾਗੂ ਹੋਵੇਗਾ ਸਰਕਾਰੀ ਕਰਮਚਾਰੀਆਂ ਦਾ ਪੰਜਾਬ ਸਰਕਾਰ ਦੋ ਨਵੇਂ ਮੈਡੀਕਲ ਕਾਲਜ ਬਣਾਵੇਗੀ ਹਸਪਤਾਲ ਦਾ ਐਲਾਨ ਕਰਿਆ ਕਪੂਰਥਲਾ ਸਿਆਰਪੁਰ ਦੇ ਵਿੱਚੋਂ 650 ਕਰੋੜ ਰੁਪਏ ਖਰਚ ਦੇਗਾ ਕੋਈ ਚੱਕਰੇ ਨਹੀਂ ਸਰਕਾਰੀ ਮੈਡੀਕਲ ਕਾਲਜ ਪਟਿਆਲੇ ਦਾ ਨਿਵੀਕਰਨ ਕਰਨਗੇ ਰੰਗ ਰੋਗਨ ਕਰਾਵੇਂਗੇ ਈਟਾ ਉਟਾ गिर ਰੀਆਂ ਜਿਹੜੀਆਂ ਇਹਨੂੰ ਪੱਕਾ ਕਰਾਵੇਂਗੇ 92 ਕਰੋੜ ਅਲਾਟ ਕਰਤੇ ਹਰ ਵਿਦਿਆਰਥੀ ਜਿਹੜੇ 12ਵੀਂ ਜਮਾਤ ਵਾਲੇ 스마트 ਫੋਨ ਕਾ ਦਮਾਂਗੇ ਪੱਕਾ ਦਮਾਂਗੇ ਕਾ ਸਿਮ ਸੁਮ ਲੈ ਗਾ ਰੱਖੋ ਹਰ 100 100 ਕਰੋੜ ਰੁਪਏ ਕਾ ਅਲਾਟ ਕਰਤੇ ਆ ਆਰਾ ਪ੍ਰਾਣੀ ਪੈਨਸ਼ਨ 1500 ਮੈਂ ਦੱਸਿਆ ਜਿਦਾਂ ਉਤਰਾ ਕਰਤੀ ਯੋ ਕਹਿ ਲੋ ਵੀਰ ਪਰ ਉਧਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਐਲਾਨ ਕਰਿਆ ਉਧਰ ਕਾਲੀਆਂ ਨੇ ਕਹਿੰਦੇ ਆ ਵੀ ਮੰਗਦਾ ਐ ਪੰਜਾਬ ਕੈਪਟਨ ਦੇ ਹਿਸਾਬ ਯੋ ਮਿੱਤ ਮੰਤਰੀ ਸਵਾਲ ਪਾਤਾ ਯੋ ਬਠਿੰਡੇ ਦੇ ਵਿੱਚ ਮੈਂ ਮੰਗਦਾ ਐ ਪੰਜਾਬ ਕੈਪਟਨ ਦੇ ਜਵਾਬ ਬੈਂਡ ਰੇਡ ਸ਼੍ਰੋਮਣੀ ਕਾਲੀਦਾਨ ਲੈ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਮੁਰੇ ਧਰਨਾ ਲਾਤੇ ਆ ਜਦ ਇਹ ਐਲਾਨ ਕਰਿਆ ਜਦੇ ਧਰਨੇ ਵਾਲੇ ਆ ਗਏ ਤਿਆਰ ਹੋ ਕੇ ਬੈਠੇ ਫਿਰਨਾ ਤੋਂ ਕਾ ਸਰੂਪ ਚੰਦ ਸਿੰਘਲਾ ਆ ਜੋ ਪਹੁੰਚ ਗਿਆ ਵੀਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਖੱਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਆਖਰੀ ਬਜਟ ਪੇਸ਼ ਕਰਨ ਦੇ 4 ਸਾਲਾਂ ਦਾ ਪਹਿਲਾਂ ਦਾ حساب ਮੰਗਣ ਲੱਗ ਗਿਆ ਕਿਹੜਾ ਕਾਰਖਾਨਾ ਲੈ ਮੈਨੂੰ ਦੱਸੋ ਕਿਹੜਾ ਟੈਂਪੂ ਯੂਨੀਅਨ ਕਿਹੜੀ ਗੱਡੀ ਕਿਹੜੀ ਬੱਸ ਪਾਈ ਉਹ ਦੱਸੋ ਖਜ਼ਾਨਾ ਮੰਤਰੀ ਨੂੰ ਇਹ ਸਵਾਲ ਖੜਾ ਕਰਤਾ ਵੀ ਇੱਕ ਵੀ ਕਾਰਖਾਨਾ ਲਗਿਆ ਜਿਹੜੇ ਹੈ ਤੇ ਉਹ ਵੀ ਤੋੜ ਕੇ ਥਾਣਾ ਹੋਰ ਪਾਸਾ ਭੇਜ ਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਘਲਾ ਕਹਿ ਰਿਹਾ ਵੀਰ ਕੈਪਟਨ ਸਰਕਾਰ ਦਾ ਆਖਰੀ ਬਜਟ ਝੁੰਮਲੇ ਬਾਜੀ ਇਹ ਪੰਜਾਬ ਦੇ ਪੋਲੇ ਪਾਲੇ ਲੋਕਾਂ ਨੂੰ ਲੁੱਟ ਲਿਆਗਾ ਇਹਨਾਂ ਨੇ ਸੁਪਨੇ ਦਿਖਾਏ ਕੁਝ ਸਭ ਵੋਟਾਂ ਲੇਗਾ ਭੱਜੇਗਾ ਮੰਤਰੀ ਚਾਲਾਂਗਾ ਇਹੋ ਕੁਝੀਆਂ ਚਾਲਾਂ ਚੱਲੀਆਂ ਇਹਨਾਂ ਨੇ ਬਹੁਤ ਕੁਝ ਬੋਲਿਆ ਫਿਰ 파ਰਕੀਥਾ ਇਹ ਕਰੇ ਨਾ ਨਾ ਆਪਾ ਦੇਸ਼ ਸਾਬਲੇ ਘਾਟੇਗੇ ਆਰ ਕੈਪਟਨ ਸਰਕਾਰ ਕਾ ਖਜ਼ਾਨੇ ਗਿਆ ਇਹ ਜਿਹੜੀਆਂ ਖਜ਼ਾਨੇ ਮੰਤਰੀ ਚਾਲਾਂਗਾ ਬਨ ਸਮਝ ਆ ਗਿਆ ਹੋਰ ਵਿਧਾਇਕਾਂ ਨੂੰ ਦੋਸ਼ ਲਾ ਵੀ ਕੈਪਟਨ ਅਮਰਿੰਦਰ ਮੰਨ ਗਿਆਗਾ ਸਰਕਾਰ ਫੇਲ ਹੋਗੀ ਕਾਇਨ ਕੀ ਚਲੋ ਘਰ ਦੇਖੋ ਇਬ ਇ ਜਿਤਾ ਇਤਨਾ ਕੁਛ ਦੇਣੇ ਦੀ ਤਿਆਰੀ ਉੱਥਾ ਮਾਨਪਰੀਦ ਬਾਦਲ ਕਹ ਰਿਹਾ ਵੀਰੋ ਦੋ ਜੇਲ੍ਹਾਂ ਬਣਾਉਣੀਆਂ ਮੰਨਣਾ ਇਹ ਜੇਲ੍ਹਾਂ ਬਣਾਉਣੀਆਂ ਕਾਹਦੋ ਮਾਨਪਰੀਦ ਬਾਦ ਸੂਬੇਵਾਂ ਕਾਹ ਵੀ ਵੀਰੋ ਦੋ ਨਵੀਆਂ ਜੇਲ੍ਹਾਂ ਬਣਾਉਣੇ ਦਾ ਐਲਾਨ ਕਰਿਆ ਨਵਾਂ ਸਹਿਰ ਪੁਲਿਸ ਲਾਈਨ ਬਣਾਉਣੇ ਦਾ ਐਲਾਨ ਕਰਿਆ ਅ ਜੇਲ੍ਹਾਂ ਲੋੜ ਵੀਰਾ ਨਸੇ ਆਲੇ ਫਾੜ ਵੀ ਬਹੁਤ ਲੈ ਵੀਰ ਇਹਨਾਂ ਨੇ ਸੈਲ ਬਹੁ ਘਟ ਰਹੇਗਾ ਇਸੇ ਕਰਕੇ ਨਾ ਬੰਦੇ ਵਾ ਉੱਥਾ ਹੈ ਨਹੀਂ ਕਾ ਬੋਗੀਆਂ ਜਿੱਥਾ ਬੰਦ ਕਰਾਂ ਇਹ ਨਵੀਆਂ ਬਣਾਵਾਂਗੇ ਆਰ ਉਧਰ ਜੋ ਬੀਜੇਪੀ ਵਾਲਾ ਗਏ ਉਹ ਕਹਾ ਵੀ ਇਨਕਾ ਖੜਾ ਨਹੀਂ ਛੁੱਟ ਰਿਹਾ ਵੀ ਹਾਲੇ ਤੱਕ ਬੀਜੇਪੀ ਵਾਲੇ ਇਹੋ ਕਹਲੋ ਬੀਜੇ ਸਾਪ ਲਾ ਇਸका ਫੇਰ ਵਿਰੋਧ ਹੋ ਗਿਆ ਜੋ ਖੁਰਾਲਗੜ੍ਹ ਸਭ ਮੱਥਾ ਟੇਕਣ ਜਾ ਰਿਹਾ ਦਾ ਉਥਾ ਸਿਆਰਪੁਰਾ ਯਾਰ ਐਸ்சி ਕਮਿਸ਼ਨਰ ਦਾ ਚੇਅਰਮੈਨ ਲਾਇਆ ਬੀਜੇ ਸਾਪਲੇ ਨੂੰ ਆਰ ਉਥਾ ਕਿਸਾਨ ਜੱਥੇਬੰਦੀਆਂ ਸਥਾਨਕ ਲੋਕਾਂ ਕਾਲੀ ਝੰਡਿਆ ਦਿਖਾਗਾ ਇਸका ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸਾਪਲਾ ਭਾਜਵਾਗਾ ਚੇਅਰਮੈਨ ਦਾ ਅਹੁਦਾ ਲੇਗਾ ਕਿਸਾਨਾਂ ਦੇ ਹੱਕਾਂ માં ਖੜਨਾ ਚਾਹੀਦਾ ਕਾ ਯੋ ਭਾਜ ਇਹ ਗੱਲ ਕਰੀਗਾ ਆਰਐਸਐਸ ਦੀ ਬਾਤਾਂ ਕਰਾਂ ਬੀਜੇਪੀ ਦੀ ਸਰਕਾਰ ਦਾ ਖੇਤੀ ਕਾਨੂੰਨ ਪਾਸ ਕਰਕੇ ਸੜਕਾਂ ਬਿਠਾਣ ਵਾਸਤੇ ਮਜਬੂਰ ਕਰਤੇ ਆ ਇਸ ਚੀਜ਼ ਨੂੰ ਲੇਗਾ ਫਿਰ ਬਹੁ ਕਲੇਸ ਹੋਇਆ ਔਰ ਕਲੇਸ ਤੋਂ ਫਿਰ ਇਹੋ ਕਹਿ ਲੋ ਰਾਜੇ ਨੇ ਪਾ ਲਿਆ ਰਾਜਾ ਕਹਿ ਰਿਹਾ ਕਹ ਪਟਿਆਲ ਇਹ ਉਥਾ ਮੋਹਾਲੀ ਦਾ ਸਟੇਡੀਅਮ ਹੈ ਬੈਟਬਾਲ ਖੇਲਣ ਕਿਉਂ ਨਹੀਂ ਆਂਦੇ ਕਾ ਥਮ ਇਹ ਬੈਟਬਾਲ ਦਾ ਮੈਚ ਕਰਾਓ ਹਾ ਥਮ ਮੁੰਬਈ ਆਈਪੀਐਲ ਮੈਚ ਹੋ ਰੇਗਾ ਦੱਸੋ ਹੈ ਦੀਨ ਮਾ 9000 ਦੇ ਵੱਧ ਕਰੋਨੇ ਕੇ ਮਾਮਲੇ ਉੱਥਾ ਨਿਕਲ ਗਾਰੇ ਮੋਹਾਲੀ ਮਾ ਪੰਜਾਬ ਮਾ ਇੱਕ ਵੀ ਮੈਚ ਨਹੀਂ ਲਗਾਇਓ ਕੋ ਬਾਤ ਬਣਾ ਹੈ ਆ ਰਿਓ ਕਰਾ ਆਈਪਲ ਮਾ ਮਾਰੀ ਸਾਵਧਾਨੀਆਂ ਪੂਰੀਆਂ ਰੱਖੇ ਵਿਆ ਔਰ ਬੀਸੀਸੀ ਐਤਵਾ ਨੂੰ ਲੀਗ ਕੀ ਅਧਿਕਾਰਿਕ ਸੂਚੀ ਇਲਾਨ ਕਰਤੀ ਕਰੋਨਾ ਮਾਮਲੇ ਰੀ ਤਨ ਮਾ ਰੱਖਦੇ ਬੀਸੀਸੀ ਨੇ ਬਦਲਾਵ ਕਰਦੇ ਲੀਗ ਯੋਜਨਾ ਕੀ ਤਿਆਰੀ ਮਾ ਆਈਪਲ ਦਾ 14 ਮਾ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਔਰ ਮੈਚ 52 ਮੈਚ ਹੋਮੇਗੇ ਔਰ ਅਲੱਗ ਅਲੱਗ ਜਗ੍ਹਾ ਖੇਲੰਗੇ ਇਹਨਾਂ ਨੂੰ ਮੈਚਾਂ ਨੂੰ আর ইসকে وچ ما চেন্নাই মুম্বাই কলকাতা بنگলور اسواں 10 یوک ہے ابھی میچنگ میزبانی ہوگی اس دے بعد یو جڑا 8 میچ ایمदाबाद ما আর دلی کھیلیں گے আর اس میں আইপিএল राजस्थान پنجاب హైదరాబాద్ اس کے وچ میں کوئی مقابلہ نہیں کا राजस्थान کے وچ میں بھی انہوں نے تھکا காங்கிரஸ் قرار پنجاب میں காங்கிரஸ் کا హైదరాబాద్ میں مکس مکسر جی سرکار یو کہا اورے تو لان بیٹ بال کا میچ میں کھیلنا بیٹ بال کے میچ پیچھے راجا بھوگار مویا ਇਸਕੇ ਉੱਪਰ ਵੀ ਬਾਤ ਚਿਤ ਕਰਾਂਗੇ ਯਾਰ ਲਾਡਾ ਡਿਸਕਨ ਰੈਡੀ ਪ੍ਰੋਗਰਾਮ ਕੇ ਚਪਾ ਛੋੜੀ ਜਿਹੀ ਬ੍ਰੇਕ ਲੈ ਲਿਆ ਬ੍ਰੇਕ ਦੇ ਬਾਅਦ ਆਪਾਂ ਟੈਲੀਫੋਨ ਪ੍ਰੋਗਰਾਮ ਤੁਹਾਰੇ ਬਾਤ ਆ ਫੇਰ ਖੋਲ੍ਹ ਲੇਗੇ ਇਸਕੇ ਉੱਪਰ ਆਪਾਂ ਗੱਲਬਾਤ ਕਰਾਂਗੇ ਕਪੂਰਥੜੇ ਦੇ ਵਿਚੋਂ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਕੀ ਨੂੰ ਲੈ ਕੇ ਬਜਟ ਦੇ ਵਿੱਚ ਬਹੁਤ ਵੱਡਾ ਐਲਾਨ ਕਰੇ ਇਸਕੇ ਉੱਪਰ ਵੀ ਬਾਤ ਚਿਤ ਹੋਵੇਗੀ ਧਰੇ ਗੈਲ ਅਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਮੋਤਰੀ ਮਹਿਲਾ ਦਿਵਸ ਕੇ ਮੌਕੇ ਪਰ ਵੀ ਕੱਲ ਬਹੁਤ ਵੱਡੇ ਐਲਾਨ ਕਰੇ ਔਰਤਾਂ ਖਾਤਰ ਇਸਕੇ ਉੱਪਰ ਵੀ ਬਾਤ ਚਿਤ ਪਰ ਇਸਕੇ ਪਹਿਲਾਂ ਛੋੜੀ ਜਿਹੀ ਬ